रोजाना स्पोक्समैन ते तुहाडे सब दा स्वागत है। आपां गल करनी उस मुद्दे दी जो कि सिखां नाल जुड़िया होया। सिखां नूं बड़ी उम्मीद होई सी जदों गुम होए श्री गुरु ग्रंथ साहिब जी दे पावन सरूपां दी जांच पड़ताल दे लई इक कमेटी सी जिहड़ी उह गठित कीती गई सी। 14 जुलाई नूं गठन हुंदा है, 17 जुलाई नूं सारी जांच पड़ताल अमृतसर तक पहुँचती है ते अज 31 जुलाई नूं खबर आंदी है कि इह जांच पड़ताल है जिहड़ी उह करन तों मना कर दित्ता है। सेवामुक्त जस्टिस पंजाब हरियाणा हाई कोर्ट वालों इस पड़ताल नूं करन तों मना कर दिता है। पड़ताल दा काम एक बार फिर तो हुण शक दे घेरे विच खड़ा होया। हालांकि इस ते पंथक हलकियां दे विच चर्चा होनी लाजमी सी अते इस तों बाद श्री अकाल तख्त साहिब दे साबका जत्थेदार भाई रणजीत सिंह ने इस मामले संबंधी कई वड्डे खुलासे कीते ने। आओ सुणदे हां। ਦੇ ਵਿੱਚ 36 ਦੇ ਕਰੀਬ ਸੈਕਟਰੀ ਨੇ ਅਤੇ 80 ਦੇ ਕਰੀਬ ਮੈਨੇਜਰ ਨੇ, ਸਬ ਮੈਨੇਜਰ ਵੱਖਰੇ। 2-2 ਲੱਖ ਨੂੰ ਇੱਕ ਮੈਨੇਜਰ ਪੈ ਰਿਹਾ, 2-2 ਲੱਖ ਨੂੰ ਇੱਕ ਸੈਕਟਰੀ ਪੈ ਰਿਹਾ, ਉਹਦੇ ਬਾਵਜੂਦ ਸਾਨੂੰ ਇਹ ਦਿਨ ਦੇਖ ਰਹੇ ਪੈ ਰਹੇ। ਔਰ ਫਿਰ ਮਜ਼ੇ ਦੀ ਗੱਲ ਇਹ ਆ ਕਿ ਲੁਕਾ ਰਹੇ ਨੇ, ਕਰਤੂਤ ਨੂੰ ਲੁਕਾ ਰਹੇ ਨੇ। ਇਹ ਜਗੋਂ ਤੇਰਵੀਂ ਗੱਲ ਇਹ ਆ ਜਿਹੜੀ ਸਾਨੂੰ ਹਜ਼ਮ ਨਹੀਂ ਹੋ ਰਹੀ। ਇਹ ਅਸੀਂ ਮੈਂ ਤੇ ਇਹੀ ਕਹੂੰਗਾ ਪ੍ਰਬੰਧਕ ਕਮੇਟੀ ਨੂੰ ਕਿ ਜਿਹੜੇ ਸੰਚਾਲਕ ਨੇ ਉਹ ਬੰਦੇ ਦੇ ਪੁੱਤ ਬਣਨ, ਕੌਮ ਨਾਲ ਦਗਾ ਨਾ ਕਰਨ, ਕੌਮ ਨੂੰ ਇੰਨਾ ਮਜਬੂਰ ਨਾ ਕਰਨ ਕਿ ਤੁਹਾਡੇ ਦਰ ਅੱਗੇ ਆ ਕੇ ਤੁਹਾਨੂੰ ਬਲੋਂ ਫੜਨ। ਸਾਫ ਲੱਗਦਾ ਕਿ ਬਾਦਲਾਂ ਨੂੰ ਬਚਾਉਣ ਵਾਸਤੇ ਕੀਤਾ ਜਾ ਰਿਹਾ। ਬਿਲਕੁਲ, ਬਾਦਲਾਂ ਨੂੰ ਬਚਾਉਣ ਲਈ ਸਾਰਾ ਕੁਛ ਹੋ ਰਿਹਾ, ਹੋਰ ਕਿਸੇ ਦਾ ਇਹ 'ਚ ਕੀ ਲੈਣਾ ਦੇਣਾ। ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਗੋਬਿੰਦ ਸਿੰਘ ਲੌਂਗੋਵਾਲ, ਉਹਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮਜਬੂਰ ਪ੍ਰਧਾਨ ਹੈ ਕਿ ਨਹੀਂ, ਮਜਬੂਰ ਪ੍ਰਧਾਨ ਹੈ ਕਿ ਮਜ਼ਬੂਤ ਪ੍ਰਧਾਨ? ਇਹ ਨਾ ਮਜਬੂਰ ਹੈ ਨਾ ਮਜਬੂਰ ਹੈ, ਖਾਣਾ ਪੂਰੀ ਕਰਨ ਡਿਆ ਵਿਚਾਰਾ, ਅਜੇ ਤੱਕ ਤੇ ਨਹੀਂ ਕੋਈ ਆਉਟਪੁੱਟ ਹੈ ਨਹੀਂ, ਕੋਈ ਇਹਨੇ ਕੋਈ ਦਿਖਾਇਆ ਨਹੀਂ, ਪ੍ਰਧਾਨਗੀ ਵਾਲੀ ਗੱਲ ਦਿਖਾਈ ਨਹੀਂ ਹੈ। ਸਿੰਘ ਸਾਹਿਬ, ਇੱਕ ਕੁਝ ਲੋਕ ਇਹ ਡਿਮਾਂਡ ਕਰਦੇ ਪਏ ਨੇ ਕਿ ਜਿਹੜੇ ਸੈਕਟਰੀਜ਼ ਇਸ ਵੇਲੇ ਦੇ ਵਿੱਚ ਆਉਂਦੇ ਪਏ ਨੇ ਉਹਨਾਂ ਦੇ ਕੰਮ ਕਾਜ ਦੇ ਉੱਤੇ ਰੋਕ ਲੱਗ ਜਾਣੀ ਚਾਹੀਦੀ ਹੈ ਕਿਉਂਕਿ ਉਹ ਜਾਂਚ ਨੂੰ ਪ੍ਰਭਾਵਿਤ ਕਰ ਰਹੇ ਨੇ। ਅਸਲ 'ਚ ਜਦੋਂ ਇਹ ਤੁਹਾਡੇ ਸਾਹਮਣੇ, ਮੈਂ ਤੁਹਾਨੂੰ ਇੱਕ ਹੁਣੇ ਉਹ ਕਾਗਜ਼ ਦਿਓ ਜੀ ਮੈਨੂੰ ਜ਼ਰਾ, ਜਦੋਂ ਇਹ ਸਾਰਾ ਕੁਛ ਹੋਇਆ ਉਦੋਂ ਬਗੈਰਾ ਲੈਜਰ ਬੁੱਕ ਦੀ ਤਸਵੀਰਾਂ ਲਈਆਂ ਸੀ, ਉਹਦੇ ਸਾਈਨ ਲੈ, ਤਾਂ ਸਾਰਿਆਂ ਨੇ ਜਿਹੜੇ ਸਾਈਨ ਕਰਨ ਵਾਲੇ ਨੇ ਉਹਨਾਂ ਨੇ ਆਪ ਸਾਈਨ ਕਰਕੇ ਅਤੇ ਜਾਣਕਾਰੀ ਦਿੱਤੀ ਹੈ। ਆਹ ਦੇਖੋ ਸਰੂਪ ਕਿੰਨੇ, ਪਰਛੇਦ ਜਾਂ ਲੜੀਵਾਰ, ਸਾਈਡ ਕਿਹੜਾ, 40 ਸਰੂਪ ਤਾਂ ਹੈ ਹੀ ਨਹੀਂ ਅਤੇ 31 ਸਰੂਪ ਉਹਦੇ ਵਿੱਚੋਂ ਉਹਨਾਂ ਦੀ ਐਂਟਰੀ ਹੋ ਰਹੀ ਕਿ ਚਲੇ ਗਏ। ਤਾਂ ਕਰਕੇ ਇੱਕ ਭਵਨ ਦੇ ਵਿੱਚ ਸਰੂਪ ਹੀ ਹੈ ਨਹੀਂ ਕੋਈ, ਅਤੇ ਉਹ 'ਚੋਂ ਲੈਜਰ ਬੁੱਕ ਦੀ ਰਾਹੀਂ 31 ਸਰੂਪ ਜਾ ਰਹੇ ਨੇ, ਭੇਟਾ ਆ ਰਹੀ ਹੈ ਜਾ ਰਹੇ। ਸਿੰਘ ਸਾਹਿਬ, ਇੱਕ ਲਫੜੇ ਨੇ ਦੱਸੋ, ਇੱਕ ਇਹ ਵੀ ਇਲਜ਼ਾਮ ਲੱਗਾ ਸੀ ਕਿ ਡੇਰਾ ਸਰਸਾ ਨੂੰ ਵੀ ਕੁਝ ਸਰੂਪ ਭੇਜੇ ਗਏ। ਦੇਖੋ ਜੀ, ਇਹੀ ਤਾਂ ਸਾਡਾ ਰੋਣਾ, ਇਹੀ ਤਾਂ ਸਾਡਾ ਦੁੱਖ ਆ। ਜੇ ਤੁਸੀਂ ਕੋਈ ਸਿੱਖ ਆਉਂਦਾ ਮੰਗਣ ਲਈ ਅਤੇ ਉਹਦੇ ਤੋਂ ਤੁਸੀਂ ਉਹਦੀ ਆਈ ਡੀ ਲੈਂਦੇ ਹੋ, ਜਿੱਥੇ ਪ੍ਰਕਾਸ਼ ਕਰਨਾ ਹੁੰਦਾ ਉਹ ਜਗ੍ਹਾ ਦੇਖਦੇ ਹੋ, ਫਿਰ ਉਸ ਤੋਂ ਬਾਅਦ ਉਹਦੀ ਭੇਟਾ ਪ੍ਰਵਾਨ ਕਰਦੇ ਹੋ ਅਤੇ ਫਿਰ ਉਹ ਦਫ਼ਤਰ ਉਹਦੇ ਭਵਨ 'ਚ ਜਾਂਦਾ। ਫਿਰ ਉਹ ਜਦੋਂ ਭਵਨ 'ਚ ਜਾਂਦਾ ਹੈ ਤਾਂ ਉੱਥੋਂ ਫਿਰ ਜਿਹੜੇ ਜ਼ਿਲ੍ਹੇ ਦਾ ਹੋਵੇ ਉਸ ਹੈੱਡਕੁਆਟਰ 'ਤੇ ਗੱਡੀ ਜਾਂਦੀ ਹੈ, ਸਰੂਪਾਂ ਵਾਲੀ ਕਮੇਟੀ ਲੈ ਕੇ ਜਾਂਦੀ ਆ। ਜੇ ਫਤਿਹਗੜ੍ਹ ਹੋਵੇ ਜਾਂ ਬਠਿੰਡੇ ਹੋਵੇ ਅਤੇ ਉਦੋਂ ਉਹ ਬਠਿੰਡਾ ਹੋਵੇ ਅਤੇ ਦਮਦਮਾ ਸਾਹਿਬ ਗੁਰਦੁਆਰੇ ਤੋਂ, ਜੇ ਪਟਿਆਲਾ ਹੋਵੇ ਤਾਂ ਦੂਖਨਿਵਾਰਨ ਗੁਰਦੁਆਰੇ ਤੋਂ, ਜੇ ਫਤਿਹਗੜ੍ਹ ਹੋਵੇ ਅਤੇ ਫਤਿਹਗੜ੍ਹ ਸਾਹਿਬ ਤੋਂ, ਸਰਹੰਦ ਤੋਂ, ਉੱਥੋਂ ਸਰੂਪ ਜਦੋਂ ਚਲੇ ਜਾਂਦੇ ਨੇ ਅਤੇ ਜ਼ਿਲ੍ਹੇ ਦੇ ਜਿਹੜੇ ਪਿੰਡ ਜਾਣੇ ਹੁੰਦੇ ਉੱਥੋਂ ਦਾ ਮੈਂਬਰ ਉੱਤੇ ਸਾਈਨ ਕਰੇ ਅਤੇ ਤਾਂ ਉਸ ਪਿੰਡ ਜਾਂਦਾ। 267 ਸਰੂਪ ਇਹ ਕਮੇਟੀ ਇੰਨੀ ਕਮਲੀ ਆ ਕਿ ਇਹਨਾਂ ਨੇ ਚੁਕਾ ਤੇ ਕਿਸੇ ਨੂੰ, ਇਹ ਸੁਖਬੀਰ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਦੇ ਹੁਕਮ ਤੋਂ ਬਿਨਾਂ ਨਹੀਂ ਦਿੱਤੇ ਗਏ। ਸਿੰਘ ਸਾਹਿਬ, ਭਵਿੱਖ ਵਿੱਚ ਇਹੋ ਜਿਹਾ ਨਾਂ ਵਾਪਰੇ ਇਹਦੇ ਵਾਸਤੇ ਤੁਸੀਂ ਕੀ ਸੁਝਾਅ ਦੇਣਾ ਚਾਹੁੰਦੇ ਜੀ? ਦੇਖੋ, ਇਹ ਸੁਝਾਅ ਅਸੀਂ ਕੀ ਕਰਦੇ ਦੱਸ ਸਕਦੇ, ਜਦੋਂ ਇੱਕ ਤਾਂ ਜਿਹੜਾ ਸਿਸਟਮ ਆ ਜਿੱਥੇ ਕਾਗਜ਼ ਆਉਂਦਾ ਉੱਥੇ ਸਿਫਾਈ ਹੁੰਦੀ ਆ ਅਤੇ ਸੁੱਖ ਆਸਣ ਤੱਕ ਜਿਹਨਾਂ ਦੀ ਜ਼ਿੰਮੇਵਾਰੀ ਆ ਉਹ ਆਪ ਦੋਸ਼ੀ ਨੇ ਅਤੇ ਆਪਣੇ ਕਲੰਕ ਨੂੰ ਛੁਪਾ ਰਹੇ, ਕੌਮ ਦੀ ਅੱਖਾਂ 'ਚ ਘੱਟਾ ਪਾ ਰਹੇ ਨੇ, ਸਿਸਟਮ ਉਹਨਾਂ ਦੇ ਹੱਥ 'ਚ, ਅਸੀਂ ਕੀ ਕਰ ਸਕਦੇ। ਜਸਟਿਸ ਨਵਿਤਾ ਸਿੰਘ ਦੀ ਸਹਿਮਤੀ ਦੇ ਨਾਲ 14 ਜੁਲਾਈ 2020 ਨੂੰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 2 ਮੈਂਬਰੀ ਪੜਤਾਲ ਕਮੇਟੀ ਦਾ ਗਠਨ ਕੀਤਾ। ਉਹਨਾਂ ਦੇ ਨਾਲ ਐਡਵੋਕੇਟ ਡਾਕਟਰ ਈਸ਼ਰ ਸਿੰਘ ਤੇਲੰਗਾਨਾ ਹਾਈ ਕੋਰਟ ਨੂੰ ਸਹਿਯੋਗੀ ਵਜੋਂ ਨਿਯੁਕਤ ਕੀਤਾ ਗਿਆ, ਜਿਨ੍ਹਾਂ ਨੇ 17 ਜੁਲਾਈ ਨੂੰ ਪੜਤਾਲ ਦਾ ਕੰਮ ਅੰਮ੍ਰਿਤਸਰ ਤੱਕ ਪਹੁੰਚਦਾ ਕੀਤਾ।
पर बीबी नविता सिंह ने नियुक्ति तो बाद एक दिन भी श्रोमणी कमेटी अमृतसर आके जांच का काम आरंभ नहीं किया, भावे उन्होंने सहयोगी एडवोकेट डॉक्टर ईश्वर सिंह बकायदा तौर पर पड़ताल कर रहे सन। पंथक हल्कियां दे विच चर्चा है कि जस्टिस नविता सिंह वल्लों मुख जांच अधिकारी वजों पड़ताल की आरंभता ना करनी एक भेद है। यह चर्चा है कि किसी सियासी दबाव कारण उन्होंने सिख कौम के गंभीर मसले की जांच करन तो असमर्था प्रगटाई है। इस गुंजलदार मसले दे विच बादल परिवार ते उच्च श्रोमणी गुरुद्वारा प्रबंधक कमेटी के अधिकारी भी बड़ी बुरी तरह फसे हुए ने। श्री गुरु ग्रंथ साहिब भवन दे विच एह कांड 2016 विच होया सी, पर 2017 दियां विधानसभा चुनां दे कारण इस मसले नूं सुखबीर सिंह बादल दे दबा हेठ नप दिता गया तां जो श्रोमणी अकाली दल ते वोटां दा कोई असर ना पवे, जदकि बादल पहलां ही बरगाड़ी कांडां दे विच फसे हुए ने, जिथे दो सिख गबरू पुलिस गोली दे नाल शहीद हो गए। शांतिपूर्ण धरना दे रहे सी एह नौजवान। गुम हुए पावन स्वरूपां दी जांच दे विच किनारा करके श्रोमणी गुरुद्वारा प्रबंधक कमेटी दी सब कमेटी वल्लों ते अंतरिम कमेटी द्वारा 7 जुलाई दी मीटिंग दे विच जथेदार नूं उच्च जांच लई मता पा के लिखिया गया तां जो पंथक संगठना दे भारी दबाव तों राहत मिल सके। हुण जस्टिस नविता सिंह वल्लों जांच करन तों इनकार कर देण दे नाल इह मसला पंथक सफा दे विच गरमाउण दी संभावना है। जांच साढ़े प्रबंधक कमेटी सिखा दे विच रिटायर जनरलां दी कोई कमी नहीं, रिटायर जजां दी कोई घाट नहीं, रिटायर प्रोफेसरां दी कोई घाट नहीं, रिटायर डाक्टरां दी कोई घाट नहीं, किसी भी विषय ते इंजीनियर होण उहनां दी कोई घाट नहीं, ते पंज सिख लभ के ते उहनां तों जांच करा रहे होण न्यूटर जिथे साडी सिख कौम नूं मूर्ख बनाउण वाली कहानी। सिंह साहब कल नविता सिंह ने भी जांच करन तों ना कर दित्ती है, कहा जा रहा कि वह कहती जी कि मेरिया कुछ घरेलू मजबूरियां ने, लेकिन मनिया जा रहा है कि वो प्रैशर ही इन्ना ज़्यादा है भी सुरखरू करने वाले। देखो जी, एक तुम अज कह रहे हो कि उन्हें मना कर दिता, तो 15 दिन की पहला जांच चल रही है, तो जांच कर रहा है इन्हों हैल्पर जिन्हों एडवोकेट कहता है, कभी डॉक्टर कहता, वो यदा निजी दोस्त आ, उन्होंने जज बना के बिठाया, तो जी इनकुआरी जोड़े दोषी ने सपोर्ट कर रहे, बयान लिखवा रहे, वो खाना पूरी कर रहे, किताबों च लैजर बुकों जड़िया कमियां पेशियां पूरी कर रहे हैं। मैं थोनों तो उस टाइम की लैजर बुक जी भी वो कापी देना, तो जिदे सरूप जड़े ने किन्ने गए, लड़ीवार किन्ने सी, पातशेद किन्ने सी, हिंदी के किन्ने सी, गए किन्ने, बाकी किन्ने रह गए, घटे किन्ने, ये सारा वेरवा वो साइन ने बकायदा सैकटरी दे, मैनेजर दे, इंचार्ज दे, ते एक इंस्पैक्टर दे, तो सारे साइन जदों उन्होंने करके जदों ये गल निकली है, उदों एक कमेटी बनी, तो कमेटी ने हथ खड़े किए, तो फिर ज्ञानी हरप्रीत सिंह ने आ नवी कहानी शुरू कर दी।